संत सहार तास बखियाता तास चरण लहृदय बसाओ तो परम गुरु नानक गुण गाओ गाओ परम गुरु सुख सागर दुरत निवारण शब्द सरे गावह गंभीर तीर मत उत्तम जोगी जंगम ध्यान तरे गावह इंद्राद भगत प्रहलादक आत्मरस जिन जानियो कब कल सुजस गाओ गुरु नानक राज जोग जन माणियो परम पूज्य पाद वालिए कुल आलम हजूरे अनबर सांझे रहबर दीना बंधु गुरु गरीब निवाज सतगुरु साहिब श्री गुरु ग्रंथ साहिब जी महाराज जी दे पावन पवित्र हजूरी च विराजमान गुरु रूप गुरु स्वरूप गुरु खालसा साध संगत जी आप नारायण कला धार जग में परवरियो निरंकार आकार जोत जग मंडल करियो साहिब सतगुरु श्री गुरु नानक पातशाह जी महाराज जी दा प्रकाश गुरपुरब हर साल दी तरह मनाते हुए समूह इलाके दी संगत दस फेस दी समूह संगत भाई कन्हैया जी सेवा सोसाइटी ए गुरु साहब जी दे आमद विच खुशियां मना रहे तुरकी बाणी दे श्री अखंड जाप प्रारंभ हुए सन बाणी आदि तो मद मद तो संपूर्ण भोग पाए गए ने और उपरंत दीवान सजिया है गुरु घर दे कीर्तनीए आप जी नू गुरबाणी दा कीर्तन श्रवण करा के गए आओ गुरमत विचारा कथा विचारा श्रवण करिए अज समय दी वड्डी लोड़ है जिथे आपां वड्डे वड्डे समागम कराउने उत्थे बच्चियां नू इन्हां समागमां तों जाणू करवाया जाए मैं आया जदों इत्थे बाहर चार बच्चे मैनू मिले मैं क्या बच्चो इत्थे क्यों आए हैं कहंदे जी पाठ करन वास्ते मैं कादे संबंध विच पाठ करने हो कोई गुरपुरब कादे वास्ते आए हैं उन्हां बच्चियां नू पता तक भी नहीं है भई असीं कादे वास्ते इत्थे जुड़े इस वास्ते अज वड्डी लोड़ है जिथे आप जागरूक होइए उत्थे बच्चियां नू भी चीज़ां तो जाणू कराइए भी गुरु नानक साहब कौन सी गुरु नानक दी आमद होई क्यों दुनिया दे विच गुरु नानक ने आण के कीता की है गुरु नानक नू आउणा क्यों पिया दुनिया विच सानू भी जागरूक होण दी लोड़ है धन गुरु नानक पातशाह जी दे आउण तो पहलां दा समां आप नू पता ही है गुरु घर दे वेद व्यास भाई गुरदास जी कहंदे हन कल आई कुत्ते मुही खाज होआ मुरदार गुसाई राजे पाप कमाव दे उल्टी बाड़ खेत को खाई राजे पाप कमाव दे उल्टी बाड़ खेत को खाई ओ जब समा वरत रिया पर जानी ज्ञान बिन भावें आओ किथाऊ जाई
ਐਸਾ ਸਮਾਂ ਕਲਯੁਗ ਦਾ, ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਵਿਧ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਣੀ ਤਿਨਾਰੇ ਜਾਈ, ਇਸਤਰੀ ਪੁਰਖ ਦਾਮ ਹਿਤ ਭਾਵੇਂ ਆਓ ਕਿਥਾਉ ਜਾਈ, ਵਰਤਿਆ ਪਾਪ ਸਵਚ ਜਗ ਭਾਈ, ਸਾਰੇ ਜਗਤ ਵਿੱਚ ਪਾਪ ਵਰਤ ਰਿਹਾ, ਅਕਿਰਤ ਘਣ ਲੋਕ ਬਹੁਤ ਵੱਧ ਗਏ ਨੇ, ਬੜੇ ਪਾਪ ਹੋ ਰਹੇ ਨੇ, ਬੜੇ ਜ਼ੁਲਮ ਹੋ ਰਹੇ ਆ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡੜਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਹਾਂ ਭਾਲ ਵਿਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ। ਐਸਾ ਬੜਾ ਭਿਆਨਕ ਸਮਾਂ ਵਰਤ ਗਿਆ ਕਲਯੁੱਗ ਦੇ ਵਿੱਚ। ਕਲ ਆਈ, ਕਲਯੁੱਗ ਆਇਆ, ਰਾਜੇ ਕਾ ਸਾਈ, ਰਾਜੇ ਲੋਕ ਕਸਾਈ ਬਣ ਗਏ। ਐਸਾ ਭਿਆਨਕ ਸਮਾਂ, ਧਰਮ ਪੰਖ ਕਰ ਉੱਡ ਰਿਹਾ, ਧਰਮ ਜੋ ਸੀ ਉਹ ਖੰਭਲਾ ਕੇ ਉੱਡ ਗਿਆ ਕਿਸੇ ਪਾਸੇ। ਐਸੇ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਸਭ ਆਪ ਮੁਹਾਰੇ ਹੋ ਚੁੱਕੇ ਹਨ, ਸਾਰੇ ਜਗਤ ਵਿੱਚ ਪਾਪ ਹੋ ਰਹੇ ਨੇ, ਅਕਿਰਤ ਕਣਾਂ ਦਾ ਭਾਰ ਬੜਾ ਵੱਧ ਚੁੱਕਿਆ, ਧਰਤੀ ਵਿਆਕੁਲ ਹੋ ਉੱਠੀ ਹੈ। ਐਸਾ ਭਿਆਨਕ ਸਮਾਂ ਕਲਯੁੱਗ 'ਚ ਵਰਤ ਰਿਹਾ। ਕਲਮਲ ਹੋਈ ਮੇਦਨੀ ਅਰਦਾਸ, ਕਰੇ ਲਿਵ ਲਾਏ ਸੱਚੇ ਸੁਣਿਆ ਕੰਨ ਦੇ, ਧੀਰਗ ਦੇਵੈ ਸਹਿ ਸੁਭਾਏ। ਸੱਚ ਨੇ ਅਰਦਾਸ ਸੁਣੀ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ, ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਤੋ ਇਹ ਹੈ, ਇਹ ਮੁਸ਼ਕਿਲ ਸੇ ਹੋਤੀ ਹੈ। ਧਰਤੀ ਨੇ ਪੁਕਾਰ ਕੀਤੀ ਹੈ, ਵੇ ਅਕਿਰਤ ਕਣਾਂ ਦਾ ਭਾਰ ਬੜਾ ਵੱਧ ਚੁੱਕਿਆ ਹੈ, ਵੱਡੇ ਵੱਡੇ ਪਹਾੜਾਂ ਦਾ ਮੈਨੂੰ ਕੋਈ ਭਾਰ ਨਹੀਂ ਲੱਗਦਾ, ਭਾਰ ਨਾ ਵਿਆਪੈ ਨਾ ਤਿਸ ਭਾਰੇ, ਪਰਬਤਾਂ ਅਸਮਾਨ ਖਾਨ ਦੇ, ਵੱਡੇ ਵੱਡੇ ਪਹਾੜ ਧਰਤੀ ਦੇ ਉੱਤੇ ਅਸਮਾਨਾਂ ਦੀਆਂ ਚੋਟੀਆਂ ਤਾਂ ਖਹਿੰਦੇ ਨੇ, ਕੋਈ ਧਰਤੀ ਦੇ ਉੱਤੇ ਬੋਝ ਨਹੀਂ ਹੈ ਉਹਨਾਂ ਪਹਾੜਾਂ ਦਾ। ਨਾ ਤਿਸ ਭਾਰੇ ਕੋਟਗੜ ਅਣਗਿਣਤ ਰਚਨਤ, ਲੋਕਾਂ ਨੇ ਮਹਿਲ ਮਾੜੀਆਂ ਬਣਾਈਆਂ ਔਰ ਐਡੀਆਂ ਉੱਚੀਆਂ ਮਹਿਲ ਮਾੜੀਆਂ ਲੋਕਾਂ ਦੀਆਂ ਬਣੀਆਂ, ਸੌ ਸੌ ਮੰਜ਼ਿਲਾਂ, ਬਟ ਧਰਤੀ ਨੂੰ ਤਾਂ ਕੋਈ ਬੋਝ ਨਹੀਂ। ਨਾ ਤਿਸ ਭਾਰੇ ਸ਼ਾਇਰਾਂ ਨਦਵਾ ਚਲੰਦੇ, ਧਰਤੀ ਦੇ ਉੱਤੇ ਬਹੁਤ ਸਾਰੇ ਸਮੁੰਦਰ ਨੇ, ਨਦੀਆਂ ਚੱਲਦੀਆਂ ਹਨ, ਨਦੀਆਂ ਦੇ ਪ੍ਰਵਾਹ ਦਰਿਆ ਵਗਦੇ ਪਏ ਨੇ, ਧਰਤੀ ਨੂੰ ਕੋਈ ਬੋਝ ਨਹੀਂ ਹੈ। ਨਾ ਤਿਸ ਭਾਰੇ ਸਰਵਰਾਂ ਨਦਵਾਹ ਚੱਲਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰਨ ਦੇ, ਤਮਾਮ ਜੀ ਜੰਤੂ ਤੁਰੇ ਫਿਰਦੇ ਹਨ, ਕੋਈ ਧਰਤੀ ਦੇ ਉੱਤੇ ਬੋਝ ਨਹੀਂ। ਨਾ ਤਿਸ ਭਾਰੇ ਤਰਵਰਾਂ ਫਲ ਸਫਲ ਫਲਨ ਦੇ, ਤਰਵਰ ਜਿਹੜੇ ਰੁੱਖ ਹਨ ਫਲਾਂ ਨਾਲ ਲੱਦੇ ਹੋਏ ਨੇ, ਇਹਨਾਂ ਦਾ ਵੀ ਕੋਈ ਬੋਝ ਨਹੀਂ। ਭਾਰੀ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਧਰਤੀ ਦੇ ਉੱਤੇ ਬੋਝ ਕੌਣ ਹੈ? ਅਕਿਰਤ ਕਣ, ਜੋ ਕੀਤੇ ਨੂੰ ਭੁੱਲ ਜਾਵੇ ਉਸਨੂੰ ਕਹੀਦਾ ਅਕਿਰਤ ਕਣ। ਭੂਈ ਅਕਿਰਤ ਕਣ ਧਰਤੀ ਦੇ ਉੱਤੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਰਤੇ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ, ਜਿਹਨੂੰ ਨਾਮ ਭੁੱਲ ਗਿਆ ਉਹ ਧਰਤੀ ਦੇ ਉੱਤੇ ਬੋਝ ਹੋ ਗਏ ਹਨ। ਅਤੇ ਅਕਿਰਤ ਕਣ ਕੀਤੇ ਹੋਏ ਨੂੰ ਭੁੱਲ ਜਾਣ ਵਾਲੇ, ਪਰਮਾਤਮਾ ਨੇ ਤਾਂ ਬੜਾ ਕੁਝ ਕੀਤਾ, ਅਕਿਰਤ ਕਣ ਇੰਨਾ ਮਾੜਾ ਹੈ ਵੀ ਉਸਨੂੰ ਭੁਲਾ ਦਿੱਤਾ ਪਰਮੇਸ਼ਰ। ਰਮਈਆ ਕੇ ਗੁਣ ਚੇਤ ਪ੍ਰਾਣੀ, ਕੌਣ ਮੂਲ ਤੇ ਕੌਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਉ ਪਰ ਸਾਗ ਸੈਨ ਮੁਖ, ਅਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝਿਆ ਬਖਸ਼ ਲਿਹੋ।
ਤਾਂ ਨਾਨਕ ਸਿੱਜੈ। ਸੱਚੇ ਪਾਤਸ਼ਾਹ ਤੂੰ ਜੇ ਬਖਸ਼ ਲਵੇ ਤਾਂ ਬਖਸ਼ਿਆ ਜਾਵੇ, ਨਹੀਂ ਤੇ ਅਕਿਰਤ ਕਾਣ ਕੀਤੇ ਹੋਏ ਨੂੰ ਭੁੱਲ ਜਾਣ ਵਾਲਾ ਮਨੁੱਖ ਧਰਤੀ ਦੇ ਉੱਤੇ 50-60 ਕਿਲੋ ਦਾ ਬੰਦਾ ਬੋਝ ਹੋਇਆ ਪਿਆ। ਧਰਤੀ ਕਲਮਲਾ ਉੱਠੀ ਆ, ਅਰਦਾਸ ਕੀਤੀ ਆ, ਸੱਚੇ ਨੇ ਪੁਕਾਰ ਸੁਣੀ ਆ। ਧੀਰਕ ਦੇਵ ਹੈ ਸਹਿ ਸੁਭਾਏ ਆਖਿਆ ਧਰਤੀ ਏ ਬੜੇ ਪੀਰ ਭੇਜੇ, ਬੜੇ ਅਵਤਾਰ ਭੇਜੇ, ਜੋ ਜੋ ਭੇਜੇ ਉਹਨਾਂ ਆਪਣੇ ਰਾਹ ਚਲਾਏ। ਕਲਯੁੱਗ ਵਿੱਚ ਹੁਣ ਮੈਂ ਆਪ ਆਵਾਂਗਾ। ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਏ। ਤਿੰਨਾਂ ਬੇਦੀਆਂ ਦੀ ਕੁੱਲ ਵਿੱਚ ਜੋ ਛਤਰੀ ਵੰਸ਼ ਵਿੱਚ ਬੇਦੀ ਹੋਏ ਹਨ, ਕਾਂਸੀ ਜਾ ਕੇ ਵੇਦ ਪੜ੍ਹੇ ਤੇ ਨਾਮ ਬੇਦੀ ਅਖਵਾਏ, ਉੱਥੇ ਕਾਲ ਕੇਤ ਕਾਲ ਰਾਏ, ਉਹ ਤੋਂ ਅਗਾਂਹ ਜਾ ਕਰਕੇ ਫਿਰ ਸ਼ਿਵਰਾਮ ਜੀ ਬਨਾਰਸੀ ਜੀ ਹੋਏ ਹਨ। ਉਹ ਨਾਨਕ ਪਾਤਸ਼ਾਹ ਜੀ ਦੇ ਦਾਦਾ ਦਾਦੀ ਨੇ। ਆਪਾਂ ਨੂੰ ਤਾਂ ਗੁਰੂ ਨਾਨਕ ਦਾ ਗੁਰਪੁਰਬ ਵੀ ਬੱਚਿਆਂ ਨੂੰ ਭੁੱਲਿਆ ਪਿਆ ਵੀ ਕਿਉਂ ਆਏ ਹਾਂ, ਵੀ ਲੰਗਰ ਕੀਤਾ ਹੈ, ਲੰਗਰ ਛਕ ਲਿਆ, ਬਾਕੀ ਕੋਈ ਪਤਾ ਹੀ ਨਹੀਂ ਹੈ ਵੀ ਕਾਹਦੇ ਵਾਸਤੇ। ਗੁਰੂ ਨਾਨਕ ਦੇ ਦਾਦਾ ਦਾਦੀ ਮਾਤਾ ਬਨਾਰਸੀ, ਬਾਬਾ ਸ਼ਿਵਰਾਮ ਜੀ ਬੜੇ ਜਪੀ ਤਪੀ ਨੇ। ਇਹਨਾਂ ਦੇ ਦੋ ਸਪੁੱਤਰ ਨੇ, ਮਹਿਤਾ ਕਲਿਆਣ ਚੰਦ, ਮਹਿਤਾ ਲਾਲ ਚੰਦ ਜੀ। ਅਤੇ ਮਹਿਤਾ ਕਲਿਆਣ ਚੰਦ ਜੀ ਪਿੰਡ ਚਾਲ ਜਲੌਰ ਤੋਂ 35 ਮੀਲ ਦੂਰੀ 'ਤੇ ਹੈ ਚਾਲ ਪਿੰਡ। ਇੱਥੇ ਵਿਆਹੇ ਹੋਏ ਹਨ। ਮਾਤਾ ਤ੍ਰਿਪਤਾ ਜੀ ਦਾ ਪਿੰਡ ਹੈ ਚਾਲ ਪਿੰਡ। ਅਤੇ ਪਟਵਾਰੀ ਦੇ ਕਿੱਤੇ ਦਾ ਕੰਮ ਸਰਕਾਰੀ ਜੌਬ ਹੈ, ਇਸ ਵਾਸਤੇ ਰਾਏ ਭੋਏ ਦੀ ਤਲਵੰਡੀ ਇੱਥੇ ਰਹਿੰਦੇ ਹਨ ਇਸ ਨਗਰ ਦੇ ਵਿੱਚ। ਰਾਏ ਭੋਏ ਰਾਜਾ ਹੋਇਆ, ਰਾਏ ਬੁਲਾਰ ਦਾ ਪਿਤਾ ਸੀ ਰਾਜਾ ਰਾਏ ਭੋਏ, ਉਹਨੇ ਵਸਾਈ ਸੀ ਤਲਵੰਡੀ ਜਿਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਆ ਬਾਹਰ ਦੇਸ਼ ਵਿੱਚ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਹੋਣੀ ਆ। 1469 ਈਸਵੀ ਜਦੋਂ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ ਨੇ। ਆਪ ਜੀ ਦੀ ਇੱਕ ਵੱਡੀ ਭੈਣ ਹੈ ਜਿਹਦਾ ਨਾਮ ਬੇਬੇ ਨਾਨਕੀ। ਬੇਬੇ ਨਾਨਕੀ ਦਾ ਪਿੰਡ ਚਾਲ ਪਿੰਡ ਵਿੱਚ ਜਨਮ ਹੋਣ ਕਰਕੇ, ਨਾਨਕਿਆਂ ਪਿੰਡਾਂ ਵਿੱਚ ਹੋਣ ਕਰਕੇ ਨਾਮ ਨਾਨਕੀ ਤਾਂ ਹੀ ਰੱਖਿਆ ਸੀ। ਨਾਨਕੀ ਨਾਮ ਇਸੇ ਵਾਸਤੇ ਪਿਆ ਵੀ ਨਾਨਕੇ ਪਿੰਡ ਵਿੱਚ ਜਨਮ ਹੋਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ 5 ਸਾਲ 64 ਦੇ ਵਿੱਚ ਬੇਬੇ ਨਾਨਕੀ ਦਾ ਜਨਮ ਹੋਇਆ ਸੀ। 1464 'ਚ ਈਸਵੀ ਸੰਮਤ ਹੈ, ਬਿਕਰਮੀ ਸੰਮਤ 57 ਸਾਲ ਅੱਗੇ ਚੱਲਦੀ ਹੈ। ਇਸ ਕਰਕੇ 1469-1526 ਇਹ ਦੋ ਸੰਮਤ ਬਣਦੇ। ਜੇ ਹੀਜਰੀ ਸੰਮਤ ਲੈਣੀ ਹੈ ਤਾਂ ਉਹ 891 ਹੀਜਰੀ ਸੰਮਤ ਸੀ ਉਦੋਂ ਜਦੋਂ ਗੁਰੂ ਨਾਨਕ ਦੀ ਆਮਦ ਹੋਈ ਇਸ ਦੁਨੀਆਂ ਦੇ ਵਿੱਚ। ਘਰ ਦੇ ਵਿੱਚ ਬੜੀ ਰੌਣਕ ਸੀ। ਭਾਈ ਗੁਰਦਾਸ ਨੇ ਕਿਹਾ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ, ਗੁਰੂ ਨਾਨਕ ਦੀ ਜਦੋਂ ਆਮਦ ਹੋਈ ਆ ਧੁੰਦ ਮਿੱਟ ਗਈ। ਧੁੰਦ ਕਾਹਦੀ ਸੀ? ਪਾਪਾਂ ਦੀ, ਹਨੇਰ ਗਿਰਦੀ ਦੀ, ਬੁਰਿਆਈਆਂ ਦੀ, ਭੈੜਤਾਈਆਂ ਦੀ ਧੁੰਦ ਪਈ ਹੋਈ ਸੀ। ਜੇ ਘਰ ਭੰਨੇ ਪਾਹਰੂ ਕੌਣ ਤਿਸ ਨੂੰ ਰੱਖੇ। ਘਰ ਦਾ ਪਹਿਰੇਦਾਰ ਘਰ ਕਾਹਦੇ ਵਾਸਤੇ ਰੱਖਿਆ ਹੋਇਆ? ਵੀ ਘਰ ਦੀ ਰਾਖੀ ਕਰੇ। ਜੇ ਘਰ ਦਾ ਪਹਿਰੇਦਾਰ ਘਰ 'ਚ ਚੋਰੀ ਕਰੇ ਤਾਂ ਘਰ ਨੂੰ ਨਹੀਂ ਕੋਈ ਬਚਾ ਸਕਦਾ। ਰਾਜਾ ਪ੍ਰਜਾ ਦੀ ਰੱਖਿਆ ਵਾਸਤੇ ਹੁੰਦਾ। ਜੇ ਰਾਜਾ ਹੀ ਪ੍ਰਜਾ ਨੂੰ ਮਾਰ ਦੇਵੇ, ਬਾੜ ਹੀ ਖੇਤ ਨੂੰ ਖਾਵੇ ਤਾਂ ਫਿਰ ਖੇਤ ਨੂੰ ਕੌਣ ਬਚਾਵੇ? ਰਾਜਾ ਹੀ ਪ੍ਰਜਾ ਨੂੰ ਲੁੱਟੇ ਤਾਂ ਫਿਰ ਪ੍ਰਜਾ ਨੂੰ ਕੌਣ ਬਚਾਵੇ? ਇਹ ਹਨੇਰ ਛਾਇਆ ਹੋਇਆ ਸੀ ਜਗਤ ਦੇ ਵਿੱਚ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਦੋਂ ਆਪ ਦੀ ਆਮਦ ਹੋਈ, ਗਿਆਨ ਦਾ ਪ੍ਰਕਾਸ਼ ਹੋਇਆ, ਗਿਆਨ ਦਾ ਹਨੇਰਾ ਨਾਸ ਹੋ ਗਿਆ,
अविद्या दी नींदर च लोग सुते पए सन, जागरूक हो गए। इस दुनिया में जदों गुरु नानक की आमद हुई है, धन बीबी दौलतां दा ही प्यारे नूं सुभाग प्राप्त होया। जदों अवतारी रूप गुरु नानक की इस दुनिया च आमद हुई, सब तो पहला दर्शन ही दौलतां दा ही ने कीते। दौलतां दा ही ने जदों दर्शन किए, बड़ी इच्छा सी पटवारियां दे, जे काका होया बहुत कुछ मैं मंगांगी, अंदर बड़ी तृष्णा है, बड़ा लालच है, मैं बहुत कुछ मंगना पटवारियां दे, जे काका होया जमीन मंगांगी, मकान मंगांगी, कपड़े मंगांगी, बे तुहाडे घर खुशियां आईयां ने, मेरे रहण वास्ते मकान बनाओ, रहण वास्ते मैनू कोई थां टिकाणा पटवारी जी दिओ, उपजीविका वास्ते माया भी चाहीदी है, बड़ा कुछ, क्योंकि अंदर आसा है, तृष्णा है, फिर कोई मंगांगे। धन गुरु नानक पातशाह जी की आमद हुई, बीबी दौलतां दाई ने वो प्रकाश वेख्या, वो चानण वेख्या, तो उस प्रकाश ने, उस चानण ने दे अंदर दी आस खत्म कर दिती। गुरु नानक पातशाह जी की आमद का प्रकाश वेख के अंदरों आसा खत्म हो गई, निहाल हो गई, निहाल हो गई। भज के जाके मैं तां कल्याण चंद नूं बधाइयां दित्तियां, आख्या पटवारी जी बधाई होवे, तुहाडे काका होया ही। मैं तां कल्याण चंद जी कहन लगे, दौलतां बड़ी, खबर सोहणी सुनाई है, मंग जो चाहीदे, जो चाहीदा मंग, मैं देण नूं तैयार हाँ। कहन लगी पटवारी जी, मंगणा ते बहुत कुछ सी, पर तेरे काके दे दर्शन करके अंदर दी भुख मर गई है, भुख्या भुख ना उतरी, जे बन्ना पुरिया भार। जदों तक गुरु कृपा ना करे अंदरों बंदे दी भुख मरदी नहीं, ते चेता रखियो गुरु के प्यारियो, जिदन गुरु कृपा कर देवे अंदरली भुख खा, जिदन गुरु रहमत करे अंदर दी भुख मार दिंदा ही। दौलतां दाई दे अंदर बड़ी भुख सी, गुरु नानक ने कृपा की, दौलतां दाई दी भुख मिटा दित्ती है। कहिंदी पटवारी मंगना बहुत कुछ सीगा, पर हुण अंदर इच्छा कोई नहीं रही, अंदरली इच्छा मेरी खत्म हो गई, मेरी भुख अंदरली खत्म हो गई है। तेरा काका कोई आम काका नहीं, क्योंकि इन्हां हत्थां च हजारां बच्चियां जन्म लिया है। दाइयां ही उस वक्त यह कम कर दियां सन, इन्हां हत्थां विच हजारां बच्चियां जन्म लिया, पर इस बालक दे जन्म विच, इस बालक दे आउण च जो मैनू अंदरों मेरी भुख मुकी है, वह अज तक नहीं मेरी मुकी कदे। ये कोई आम नहीं, अवतारी रूह है। मैं तो कल्याण चंद ने घर च खुशी मनाई है, सारे घर विच चानण चानण, प्रकाश ही प्रकाश होया पिया है। कवि भाई संतोख सिंह तो कहिंदे, जिस कमरे विच गुरु नानक की आमद हुई, वह कमरा ही चानण मुनारा होया, प्रकाश होया पिया। जिते अज ननकाणा साहब है, अक्सर लोग कहिंदे ही नानकियाणा नानकियाणा नानकियाणा, जिथों बनिया ननकाणा, भी नानकाणा कहिंदे सी नानकाणा, उत्थों नाम पिया ननकाणा। वे इत्थे नानक की आमद हुई है, गुरु नानक इत्थे पहुंचे, इत्थे आए, दुनिया च प्रगट होए। कल तारन गुरु नानक आया, आप नारायण कला तार, जग में परवरे परवर तो होना, दुनिया च आना गुरु नानक जी बेदत होए। कुल दा प्रोहत सद लिया हरदयाल, आख्या प्रोहत जी कुल दी रीत मुताबिक ये बालक दा नाम रखो। उन्हें साहब पूछया कदों बालक होया, कहिंदे पै रात रहिंदी ते अनुराधा नक्षत्र है, तो उस वक्त पूर्णमासी का दिन है। ये सारिया चीज़ां पूछण तो बाद कहन लगा, बालक कोई आम नहीं है, आम बालक नहीं है, बालक दे पहला मैं दर्शन कराओ। मैं तो कालू जी होर परिवारक मैंबर ने दर्शन कराए, सच जाने कुल दा प्रोहत पंडित हरदयाल दे अखां च हंजू आ गए। मैं तो कालू जी पुछदे आ, वे कादे वास्ते तू बरा कीता, ये काका होया खुशियां दा समा। कह लगा इस वास्ते नहीं कीता, ये अवतारी रूह है, इन्हां दे कौतक वेखण दा मैनू समा नहीं जे लगेगा, मेरी उम्र काफी बिरध होगी, मैं अपने कर्मां नूं रोंदा।
ਬਈ ਮੈਂ ਇਹਨਾਂ ਦੇ ਕੌਤਕ ਨਹੀਂ ਵੇਖ ਪਾਵਾਂਗਾ। ਇਹ ਤਾਂ ਅਵਤਾਰੀ ਰੂਪ ਦੁਨੀਆ 'ਚ ਆਏ ਨੇ, ਪਰ ਮੈਂ ਇਹਨਾਂ ਦੇ ਕੌਤਕ ਨਹੀਂ ਵੇਖ ਪਾਵਾਂਗਾ। ਚਲੋ ਭਲਾ ਕਰਨ ਮੈਨੂੰ ਇਹ ਕੌਤਕ ਦਿਖਾਉਣ, ਭਲਾ ਹੋਵੇ ਮੇਰਾ, ਮੈਂ ਕੌਤਕ ਵੇਖਾਂ ਇਹਨਾਂ ਦੇ ਜੋ ਇਹਨਾਂ ਨੇ ਕੌਤਕ ਕਰਨੇ। ਆਖਿਆ ਪ੍ਰੋਹਤ ਜੀ ਨਾਂ ਰੱਖੋ ਇਹਨਾਂ ਦਾ, ਉਦੋਂ ਰੀਤ ਹੀ ਸੀ ਵੀ ਪ੍ਰੋਹਤ ਹੀ ਨਾਂ ਰੱਖਦੇ ਸੀਗੇ। ਪ੍ਰੋਹਤ ਕਹਿਣ ਲੱਗਾ ਨਾਂ ਇੱਦਾਂ ਨਹੀਂ ਰੱਖਣਾ, ਨਾਂ ਬੜਾ ਸੋਚ ਵਿਚਾਰ ਕੇ ਰੱਖਣਾ ਪਵੇਗਾ, ਇਹ ਬੜੇ ਸਾਂਝੇ ਨੇ ਅਤੇ ਇਹਨਾਂ ਦਾ ਨਾਂ ਵੀ ਕੋਈ ਆਮ ਨਹੀਂ ਰੱਖਿਆ ਜਾ ਸਕਦਾ, ਇਹ ਸਾਂਝਾ ਹੀ ਨਾਂ ਕੋਈ ਰੱਖਣਾ ਪਵੇਗਾ। ਤਾਰੀਖ ਵਿੱਚ ਲਿਖਿਆ ਵੀ ਕਈ ਦਿਨ ਲੱਗੇ ਰਹੇ ਪ੍ਰੋਹਤ ਜੀ ਵੀ ਨਾਂ ਰੱਖਣਾ ਨਾਂ ਰੱਖਣਾ, ਅਖੀਰ ਨਾਮ ਨਾਨਕ ਰੱਖਿਆ। ਮੈਂ ਤਾਂ ਕਾਲੂ ਜੀ ਕਹਿੰਦੇ ਕੋਈ ਖੱਤਰੀਆਂ ਦਾ ਨਾਂ ਰੱਖੋ ਵੀ ਜਦ ਤਾਂ ਵਧੀਆ ਨਾਂ ਹੋਵੇ, ਆਹ ਨਾਂ ਤੁਸੀਂ ਨਾਨਕ ਕਿਉਂ ਜਾ ਰਹੇ ਮਿਲਿਆ ਜਾਂ ਨਾਂ ਰੱਖਦਾ ਉਰਦੂ ਫਾਰਸੀ ਹਿੰਦੀ ਦਾ। ਕਹਿਣ ਲੱਗੇ ਸਾਰਿਆਂ ਦੇ ਸਾਂਝੇ ਨੇ, ਇਹਨਾਂ ਦਾ ਨਾਂ ਨਾਨਕ ਕੀ ਆ, ਨਾਨ ਅੱਕ ਨਹੀਂ ਆ ਜਿਹਨਾਂ ਨੂੰ ਕੋਈ ਦੁੱਖ। ਭਾਈ ਨੰਦ ਲਾਲ ਨੇ ਨਾਨਕ ਨਾਂ ਦੇ ਅਰਥ ਕੀਤੇ ਬੜੇ ਕਮਾਲ ਦੇ, ਬਾ ਕਮਾਲ ਭਾਈ ਨੰਦ ਲਾਲ ਕਹਿੰਦੇ ਨਾਨਕ ਕਹਿਣ ਲੱਗਿਆਂ ਨੂਨ ਆਉਂਦੀ ਹੈ ਦੋ ਵਾਰੀ, ਦੋ ਵਾਰ ਨੂਨ ਆਉਂਦੀ ਹੈ, ਦਰਮਿਆਨ ਚਾਲ ਫਾਉਂਦਾ, ਅੰਤ ਚ ਕਾਫ ਆਉਂਦਾ। ਨੂਨ ਕਹਿੰਦੀ ਨਾਨਕ ਨਈਮ ਹੈ, ਨਈਮ ਦਾ ਮਤਲਬ ਨਿਆਮਤਾਂ ਵੰਡਣ ਵਾਲਾ, ਜੋ ਜੋ ਮੰਗੀ ਹੈ ਸੋਈ ਸੋਈ ਪਾਈ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਨਈਮ ਹੈ, ਨਿਆਮਤਾਂ ਵੰਡਦਾ, ਗੁਰੂ ਨਾਨਕ ਦੇ ਘਰੋਂ ਜੋ ਮੰਗੋਗੇ ਮਿਲ ਜਾਵੇਗਾ, ਭਰੋਸਾ ਬਣਾਉਣਾ ਪਵੇਗਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉੱਪਰ, ਜੇ ਆ ਭਾਓ ਤੇ ਹਾ ਫਲ ਪਾਈਐ। ਸਤਿਗੁਰੂ ਸਦਾ ਦਿਆਲੂ ਹੈ ਭਾਈ, ਗੁਰੂ ਨਾਨਕ ਦੇ ਘਰੋਂ ਜੋ ਮੰਗਾਂਗੇ ਮਿਲ ਗਿਆ, ਗੁਰੂ ਨਾਨਕ ਦੇ ਘਰੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਜੇ ਕੋਈ ਖਾਲੀ ਗਿਆ ਹੈ ਉਦੋਂ ਮੰਗਣ ਦੀ ਜਾਂਚ ਨਹੀਂ ਆਈ, ਨਾਨਕ ਦੇ ਘਰ ਕੋਈ ਕਮੀ ਨਹੀਂ। ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੇ। ਝੋਲੀ ਖਾਲੀ ਅੱਡ ਕੇ, ਖਾਲੀ ਝੋਲੀ ਅੱਡ ਕੇ ਆਈ, ਬੇਨਤੀ ਕਰੀ, ਫਰਿਆਦ ਕਰੀ, ਸੱਚੇ ਪਾਤਸ਼ਾਹ ਮੈਂ ਤੇਰੇ ਘਰ ਖਾਲੀ ਝੋਲੀ ਲੈ ਕੇ ਆਇਆ, ਮੇਰੇ ਤੇ ਚਾਰੇ ਪਾਸੇ ਹਨੇਰ ਹੈ, ਤੁਸੀਂ ਦੁਨੀਆ 'ਚ ਆਏ ਤੇ ਜਗਤ 'ਚ ਚਾਨਣ ਹੋਇਆ, ਮੇਰੀ ਤੇ ਜ਼ਿੰਦਗੀ ਹਨੇਰ ਬਣੀ ਪਈ ਹੈ, ਮੇਰੇ ਅਗਾਂਹ ਚਾਨਣ ਕਰਦੇ, ਪ੍ਰਕਾਸ਼ ਕਰਦੇ, ਰੋਸ਼ਨੀ ਕਰਦੇ, ਮੰਗਾਂਗੇ ਮਿਲੇਗਾ। ਨਾਨਕ ਨਹੀਂ ਮੈਂ ਨਿਆਮਤਾਂ ਬਣਦਾ ਹੀ, ਗੁਰੂ ਨਾਨਕ ਦੇ ਘਰ ਜੋ ਵੀ ਆਇਆ ਖਾਲੀ ਕੋਈ ਨਹੀਂ ਗਿਆ। ਸਾਡੇ ਵੱਡੇ ਭਾਗ ਨੇ, ਆਪਾਂ ਝੋਲੀਆਂ ਭਰਾ ਲੈਣੀਆਂ ਗੁਰੂ ਨਾਨਕ ਕੋਲੋਂ। ਦੂਜਾ ਨੂਨ ਕਹਿੰਦਾ ਨਾਨਕ ਨਸੀਰ ਹੈ, ਨਸੀਰ ਦਾ ਅਰਥ ਹੁੰਦਾ ਮਦਦਗਾਰ, ਮਦਦਗਾਰ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਐ ਨਾ ਸਮਝ ਹੋਵੇ ਗੁਰੂ ਨਾਨਕ ਜੀ 548 ਸਾਲ ਪਹਿਲਾਂ ਆਏ ਸੀ ਹੁਣ ਰੱਖਿਆ ਨਹੀਂ ਕਰਨਗੇ, ਨਾ, ਗੁਰੂ ਨਾਨਕ ਅੱਜ ਵੀ ਰੱਖਿਆ ਕਰਦੇ ਆ। ਭਾਵਨਾ ਬਣਾਉਣੀ ਪਵੇਗੀ ਭਾਈ ਮਰਦਾਨਾ ਜੀ ਵਰਗੀ, ਗੁਰੂ ਨਾਨਕ ਰੱਖਿਅਕ ਅੱਜ ਵੀ ਆ। ਭਾਵਨਾ ਬਣਾਉਣੀ ਪਵੇਗੀ ਮਨਸੁਖ ਸਾਹੂਕਾਰ ਵਰਗੀ, ਗੁਰੂ ਨਾਨਕ ਅੱਜ ਵੀ ਰੱਖਿਆ ਕਰਦੇ ਆ। ਗੁਰੂ ਨਾਨਕ ਦਿਆਲੂ ਹੈ, ਨਸੀਰ ਹੈ, ਜਿੱਥੇ ਗੁਰੂ ਨਾਨਕ ਨੂੰ ਕੋਈ ਯਾਦ ਕਰੇ ਗੁਰੂ ਨਾਨਕ ਉੱਥੇ ਰੱਖੇ ਨੇ, ਉੱਥੇ ਰੱਖਿਆ ਕਰਦੇ ਆ। ਫਿਰ ਦਰਮਿਆਨ 'ਚ ਅਲਫ ਹੈ, ਅਲਫ ਦਾ ਅਰਥ ਹੈ ਨਾਨਕ ਅਹੱਦ ਹੈ, ਅਹੱਦ, ਹੱਦ ਕੋਈ ਨਹੀਂ, ਸੀਮਾ ਕੋਈ ਨਹੀਂ। ਦੇਖੋ ਦੁਨੀਆਂ ਦੇ ਵਿੱਚ ਹੱਦ ਬੰਨਾ, ਗੁਰੂ ਨਾਨਕ ਦਾ ਹੱਦ ਕੋਈ ਨਹੀਂ, ਗੁਰੂ ਨਾਨਕ ਦੀ ਸੀਮਾ ਕੋਈ ਨਹੀਂ ਹੈ, ਗੁਰੂ ਨਾਨਕ ਅਹੱਦ ਹੈ, ਅੰਤ ਚ ਕਾਫ ਹੈ, ਨਾਨਕ ਕਰੀਮ ਹੈ, ਕਿਰਪਾਲੂ, ਬੜਾ ਦਿਆਲੂ ਹੀ ਗੁਰੂ ਨਾਨਕ। ਇਹ ਨਾਨਕ ਨਾਮ ਦੇ ਅਰਥ ਨੇ, ਨਾਮ ਨਾਨਕ ਰੱਖਿਆ। ਕਹਿਣ ਲੱਗੇ ਸਾਰਿਆਂ ਦੇ ਸਾਂਝੇ ਨੇ ਤੇ ਸੱਚ ਗੁਰੂ ਨਾਨਕ ਸਾਰਿਆਂ ਦੇ ਸਾਂਝੇ ਨੇ। ਗੁਰੂ ਨਾਨਕ ਇਸ ਦੁਨੀਆਂ ਵਿੱਚ ਆਏ ਹਰ ਵਰਗ ਦੇ ਲੋਕਾਂ ਨੂੰ ਮਿਲੇ। ਜੇ ਜ਼ਿਮੀਂਦਾਰ ਮਿਲਿਆ ਗੁਰੂ ਨਾਨਕ ਕਹਿਣ ਲੱਗੇ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ। ਜ਼ਿਮੀਂਦਾਰ ਮਿਲੇ ਤਾਂ ਕਿਹਾ ਵੇ ਇੱਦਾਂ ਖੇਤੀ ਕਰ, ਨਾਮ ਦਾ ਬੀਜ ਬੀਜ, ਸੰਤੋਖ ਦਾ ਸੁਹਾਗਾ ਫੇਰ, ਗਰੀਬੀ ਵੇਸ ਰੱਖ। ਜੇ ਜਾਗੇ ਪਵੀ ਦੀ ਵਾਰੀ ਆਈ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾਈ ਤਾਂ ਭਾਂਡੇ ਘੱਤ। ਆਪ ਦੇਸ਼ ਦਿੱਤਾ
ਤੇ ਜੇ ਇਸਲਾਮ ਵਾਲੇ ਮਿਲੇ ਹਨ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਜ ਨਿਵਾਜਾਂ ਵਖਤ ਪੰਜ ਪੰਜੇ ਪੰਜਾਂ ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ, ਪੰਜਵੀਂ ਸਿਫਤ ਸੁਣਾਏ। ਜੇ ਗੁਰੂ ਨਾਨਕ ਨੂੰ ਸੌਦਾਗਰ ਮਿਲਿਆ, ਸੱਚੇ ਪਾਤਸ਼ਾਹ ਕਹਿੰਦੇ ਸੁਣ ਸਤ ਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗੀ ਆਈਆਂ, ਐਸਾ ਉਪਦੇਸ਼ ਦਿੱਤਾ। ਜੇ ਗੁਰੂ ਨਾਨਕ ਨੂੰ ਦੁਕਾਨਦਾਰ ਆ ਕੇ ਮਿਲਿਆ, ਸੱਚੇ ਪਾਤਸ਼ਾਹ ਹੀ ਤਾਂ ਦੁਕਾਨਦਾਰ ਕੰਮਕਾਰ ਵਾਲੇ ਆ, ਦੁਕਾਨ ਚਲਾਉਂਦੇ ਆ, ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਦੁਕਾਨਦਾਰ ਨੂੰ ਵੀ ਉਪਦੇਸ਼ ਦਿੱਤਾ। ਲਾਏ ਚਿੱਤ ਕਰ ਚਾਕਰੀ, ਜੇ ਨੌਕਰ ਮਿਲਿਆ ਤੂੰ ਉਹਨੂੰ ਵੀ ਉਪਦੇਸ਼ ਦਿੱਤਾ, ਮਨ ਨਾਮ ਕਰ ਕੰਮ। ਹਰ ਇੱਕ ਵਰਗ ਦੇ ਲੋਕ ਗੁਰੂ ਨਾਨਕ ਨੂੰ ਮਿਲੇ, ਸਤਿਗੁਰੂ ਨਾਨਕ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਮਦ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਅਤੇ ਇਸ ਇਲਾਕੇ ਦੀ ਸੰਗਤ, ਦਸ ਫੇਸ ਮੋਹਾਲੀ ਦੀਆਂ ਸਮੂਹ ਸੰਗਤਾਂ ਗੁਰੂ ਸਾਹਿਬ ਜੀ ਦੀ ਆਮਦ ਮਨਾ ਰਹੇ ਹੋ। ਗੁਰੂ ਸਾਹਿਬ ਕਿਰਪਾ ਕਰਨ, ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ, ਘਰ ਪਰਿਵਾਰਾਂ 'ਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਕਮਾਈਆਂ 'ਚ ਬਰਕਤਾਂ ਪਾਉਣ। ਦਾਸ ਦਾ ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਆਓ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪਹੁੰਚ ਚੁੱਕੇ ਨੇ। ਬੜਾ ਪਿਆਰ, ਬੜੀ ਪਿਆਰੀ ਰੂਹ ਹੈ ਅਤੇ ਬੜੇ ਪਿਆਰ ਵਿੱਚ ਭਿੱਜ ਕੇ ਕੀਰਤਨ ਕਰਦੇ ਆ। ਇਹਨਾਂ ਪਾਸੋਂ ਆਪਾਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਭੁੱਲਾਂ ਗਲਤੀਆਂ ਮਾਫ਼ ਕਰਨੀਆਂ ਜੀ, ਧੰਨਵਾਦ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਸਮਾਗਮ ਹੋ ਰਹੇ ਹਨ। ਧੰਨਵਾਦ ਹੈ ਪ੍ਰਬੰਧਕਾਂ ਦਾ ਔਰ ਦਸ ਫੇਸ ਦੀਆਂ ਸਮੂਹ ਸੰਗਤਾਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।